ਅਗਲੀ ਜਿਹੜੀ ਹਰੋਚਿੰਗ ਜੀ ਕੁਝ ਖਬਰਾਂ ਇਕਨੋਮੀ ਦੇ ਨਾਲ ਸੰਬੰਧਿਤ ਵੀ ਕਰਦੇ ਜਾਈਏ ਸੈਸ਼ਨ ਦਾ ਖਦਸ਼ਾ ਕਹਿੰਦੇ ਵੀ ਆ ਰਿਹਾ ਆ ਪਰ ਕਹਿੰਦੇ ਵੀ ਲੱਗਦਾ ਨਹੀਂ ਵੀ ਜੌਬ ਮਾਰਕੀਟ ਨੂੰ ਇਸ ਦਾ ਕੋਈ ਬਹੁਤਾ ਅਸਰ ਪੈ ਰਿਹਾ ਆ 25ਵਾਂ ਲਗਾਤਾਰ ਮਹੀਨਾ ਬਣਿਆ ਆ ਜਨਵਰੀ ਜਿਸ ਤੇ ਵਿੱਚ ਸੋਲਿਡ ਜੌਬ ਗਰੋਥ ਹੋਈ ਆ ਵੀ ਜੌਬਾਂ ਦੇ ਵਿੱਚ ਵਾਧਾ ਦੇਖਿਆ ਗਿਆ ਆ ਅਨਇੰਪਲੋਇਮੈਂਟ 3.4% ਤੇ ਪਹੁੰਚ ਗਈ ਆ ਜਨਵਰੀ ਮਹੀਨੇ ਦੇ ਵਿੱਚ EMPLOYEES ਦੇ ਦੁਆਰਾ 5,117,000 ਜੌਬਾਂ ਜਿਹੜੀਆਂ ਆ ਉਹ ਐਡ ਕੀਤੀਆਂ ਗਈਆਂ ਹੈਗੀਆਂ ਆ ਤੇ ਕਹਿੰਦੇ ਵੀ ਮਈ 1969 ਤੋਂ ਬਾਅਦ ਦੇ ਵਿੱਚ 3.4% UNEMPLOYMENT RATE ਜਿਹੜਾ ਆ ਉਹ ਦੇਖਿਆ ਗਿਆ ਆ ਇੱਕ ਪਾਸੇ ਦੇਖੋ ਸਾਹਮਣੇ ਆ ਵੀ ਆਪਾਂ 2 ਲੱਖ ਤੋਂ ਵੱਧ ਲੋਕਾਂ ਨੂੰ ਲੇ-ਆਫ ਹੁੰਦੇ ਜਿਹੜਾ ਉਹ ਦੇਖਿਆ ਆ ਤੇ ਇਹ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਵੀ ਇਸ ਵਾਰ ਵਾਈਟ ਕਾਲਰ ਜੌਬਸ ਜਿਹੜੀਆਂ ਆ ਉਹਨਾਂ ਨੂੰ ਖਤਰਾ ਜ਼ਿਆਦਾ ਆ ਤੇ ਜਿਹੜੀਆਂ ਬਲੂ ਕਾਲਰ ਜੌਬਸ ਆ ਉਹਨਾਂ ਦੇ ਉੱਤੇ ਇਸ ਤਾ ਅਸਰ ਥੋੜਾ ਘੱਟ ਨਜ਼ਰ ਆ ਰਿਹਾ ਸੋ ਇਹ ਜਿਹੜੀ ਮਾਰਕੀਟ ਇਸ ਟਾਈਮ ਜੋ ਚੱਲ ਰਹੀ ਆ ਜੋ ਇਕਨੋਮੀ ਅਰਥਚਾਰਾ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਆ ਜਿਆਦਾ ਡਾਲਰਾਂ ਵਾਲੀ ਜਿਹੜੀ ਜੌਬ ਆ ਉਹਨਾਂ ਦੀ ਸ਼ਾਂਟੀ ਜਿਹੜੀ ਆ ਇਸ ਟਾਈਮ ਜਿਆਦਾ ਕਿੱਤੀ ਜਾ ਰਹੀ ਆ ਸੋ 2 ਲੱਖ ਤੋਂ ਵੱਧ ਜੌਬਸ ਜਿਹੜੀਆਂ ਆ ਉਹ ਇਕਨੋਮੀ ਦੇ ਵਿੱਚ ਟੈਕ ਇੰਡਸਟਰੀ ਦੇ ਵਿੱਚ ਬਾਇਓਟੈਕ ਇੰਡਸਟਰੀ ਚ ਤੇ ਹਸਪਤਾਲਾਂ ਵਾਲੀਆਂ ਜਿਹੜੀਆਂ ਉਹ ਲੂਜ਼ ਹੋਈਆਂ ਆ ਜਦ ਕਿ ਦੂਜੇ ਪਾਸੇ 517000 ਪਿਛਲੇ ਮਹੀਨੇ ਦੇ ਵਿੱਚ ਨਵੀਆਂ ਜੌਬਸ ਜਿਹੜੀਆਂ ਉਹ ਐਡ ਕੀਤੀਆਂ ਗਈਆਂ ਨੇ ਜੀ ਬਿਲਕੁਲ ਸੋ ਹੁਣ ਸਭ ਤੋਂ ਵੱਡੀ ਜਿਹੜੀ ਸਰਦਾਰਦੀ ਆ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਉਹ ਇਨਫਲੇਸ਼ਨ ਨੂੰ ਲੈ ਕੇ ਬਣੀ ਹੋਈ ਆ ਬਹੁਤ ਸਾਰੇ ਪ੍ਰੈਡਿਕਟ ਕਰ ਰਹੇ ਸੀ ਕਿ ਸ਼ਾਇਦ ਇੰਨੀ ਜ਼ਿਆਦਾ ਜੌਬ ਗਰੋਥ ਨਾ ਹੋਵੇ ਤੇ ਅਨਪਲੋਇਮੈਂਟ ਆਲਰੇਡੀ ਜਿਸ ਤੁਸੀਂ ਦੱਸਿਆ 3.5 ਤੋਂ ਘਟ ਕੇ 3.4% ਰਹਿ ਗਈ ਆ ਲੋਇਸਟ ਆ ਕਹਿੰਦੇ ਭਈ ਹਾਫ ਸੈਂਚਰੀ ਦੇ ਵਿੱਚ ਲੇਬਰ ਡਿਪਾਰਟਮੈਂਟ ਦੇ ਮੁਤਾਬਕ ਹੁਣ ਇਨਫਲੇਸ਼ਨ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਊਗਾ ਉਹ ਹੁਣ ਜਰੋਮੀ ਪਾਵਲ ਉਹਨਾਂ ਦੇ ਡਿਪੈਂਡ ਕਰਦਾ ਹੈ ਵੀ ਉਹ ਮੋਨਿਟਰੀ ਪਾਲਿਸੀ ਨੂੰ ਲੈ ਕੇ ਜਿਹੜਾ ਤੁਸੀਂ ਮਨੀ ਲੋਨ ਤੇ ਲੈਨੇ ਆ ਉਹਨੂੰ ਹੋਰ ਕਿੰਨਾ ਕੁ ਟਾਈਟ ਕਰਦੇ ਆ ਹੋਰ ਇੰਟਰਸਟ ਰੇਟ ਵਧਾਉਂਦੇ ਆ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਆਲਟੀਮੇਟਲੀ ਸਾਡਾ ਗੋਲ 인ਫਲੇਸ਼ਨ ਨੂੰ 2% ਤੇ ਲੈ ਕੇ ਆਉਣਾ ਹੈਗਾ ਹਜੇ ਵੀ 7% ਦੇ ਲਾਗੇ-ਛਾਗੇ 인ਫਲੇਸ਼ਨ ਘੁੰਮ ਰਹੀ ਆ ਖਾਸ ਕਰਕੇ ਫੂਡ ਗੈਸ ਇਹਨਾਂ ਚੀਜ਼ਾਂ ਦੀਆਂ ਪ੍ਰਾਈਸੇਸ ਬਹੁਤ ਹੈਗੀਆਂ ਆ ਐਮਪਲੋਇਰਸ ਨੇ 356000 ਜੌਬਸ ਲਗਾਤਾਰ ਹਰ ਮਹੀਨੇ ਦੇ ਹਿਸਾਬ ਨਾਲ ਪਿਛਲੇ ਮਹੀਨੇ ਐਡ ਕੀਤੀਆਂ ਆ ਤੇ ਇਕਨੋਮੀ ਨੇ 2022 ਦੇ ਵਿੱਚ 4.8 ਮਿਲੀਅਨ ਜੌਬਸ ਕ੍ਰੀਏਟ ਕੀਤੀਆਂ ਸੀ ਜੀ ਬਿਲਕੁਲ ਸੋ ਇਹ ਜਿਹੜੀਆਂ ਜੌਬਸ ਲਗਾਤਾਰ ਵੱਧ ਰਹੀਆਂ ਆ ਬਾਈਡਨ ਤੇ ਪਾਵਲ ਹੁਣਾਂ ਦੇ ਲਈ ਇਹ ਜਿਹੜੀ ਰਿਪੋਰਟ ਆ ਬੜੀ ਸਰਦਰਦੀ ਵਾਲੀ ਆ ਕਿਉਂਕਿ ਇੱਕ ਪਾਸੇ ਤਾਂ ਰੈਸੈਸ਼ਨ ਦਾ ਖਤਰਾ ਕਹਿ ਕੇ ਤੇ ਇਨਫਲੇਸ਼ਨ ਤੋਂ ਬਚਾ ਦੇ ਲਈ ਕਿ ਹੈ ਕਿ ਇੰਟਰਸਟ ਰੇਟ ਲਗਾਤਾਰ ਵਧਾਏ ਜਾ ਰਹੀ ਹੈ ਸੱਤ ਵਰੀ ਇੰਟਰਸਟ ਰੇਟ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਵੀ ਉਹ ਵੱਧ ਚੁੱਕੇ ਨੇ ਮੇਬੀ ਅਗਲੀ ਵਾਰੀ ਸ਼ਾਇਦ ਇੰਟਰਸਟ ਰੇਟ ਨਾ ਵਧਾਉਣ ਕਿਉਂਕਿ ਜਿਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਹੁੰਦੀਆਂ ਰਹੀਆਂ ਤਾਂ ਕਿਹਾ ਨਹੀਂ ਜਾ ਸਕਦਾ ਸੋ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਅਰਥਚਾਰੀ ਦਾ ਇਸ ਟਾਈਮ ਕਿਸੇ ਨੂੰ ਕੋਈ ਫੜ ਨਹੀਂ ਪਾ ਰਿਆ ਵੀ ਮਸਲਾ ਜਿਹੜਾ ਉਹ ਕੀ ਬਣ ਰਿਹਾ ਹੈ ਅੰਦਰ ਹੀ ਖਾਤੇ ਦਿਲ ਸਾਰਿਆਂ ਦੇ ਘਾਉ ਮਾਉ ਕਰ ਰਹੇ ਆ ਡਰਦੇ ਆ ਵੀ ਸਥਿਤੀ ਜਿੰਨਾ ਟੈਕ ਇੰਡਸਟਰੀ ਚ ਚੱਲ ਰਹੀ ਆ ਕਿਤੇ ਸਾਰੇ ਪਾਸੇ ਇਦਾਂ ਦੀ ਨਾ ਹੋਵੇ ਮਨੀ ਪਰ ਜਿਹੜੀ ਹਰਜੋ ਸਿੰਘ ਜੀ ਲੋਕਾਂ ਦੀ ਮੁੱਕਣੀ ਸ਼ੁਰੂ ਹੋਈ ਆ 인ਫਲੇਸ਼ਨ ਦੇ ਕਰਕੇ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਫਰਕ ਪਿਆ ਹੈ ਇੱਕ ਵਾਰੀ ਫੇਰ ਤੋਂ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਗੈਸ ਦੇ ਪ੍ਰਾਈਸਿਸ ਆ 4 ਡਾਲਰ ਨੂੰ ਕੈਲੀਫੋਰਨੀਆ ਦੇ ਵਿੱਚ ਐਵਰੇਜ ਜਿਹੜੀ ਫੇਰ ਆ ਜਿੱਥੇ ਸਵਾ 3 ਤੋਂ ਸਾਢੇ 3 ਦੇ ਉੱਤੇ ਮਹੀਨਾ ਕਰ ਰਹੇ ਆ ਉਹ ਹੁਣ ਦੁਬਾਰਾ 4 ਡਾਲਰ ਤੋਂ ਉੱਤੇ ਜਿਹੜੇ ਉੱਥੇ ਪਹੁੰਚ ਚੁੱਕੇ ਹੈਗੇ ਆ ਸੋ ਅ ਇਹ ਇੱਕ ਦੋਨਾਂ ਦੇ ਲਈ ਇਸ ਟਾਈਮ ਵੱਡੀ ਜਿਹੜੀ ਆ ਉਹ ਚਿੰਤਾ ਆ வால் ਸਟਰੀਟ ਜਨਰਲ ਪ੍ਰੋਡਿਕਟ ਕਰ ਰਹੀ ਸੀ ਵੀ ਜਨੂਅਰੀ ਮਹੀਨੇ ਦੇ ਵਿੱਚ 2 ਲੱਖ ਜੋਬਸ ਜਿਹੜੀਆਂ ਉਹ ਐਡ ਕੀਤੀਆਂ ਜਾਣਗੀਆਂ ਪਰ ਉਸ ਉਸ ਸਾਰੇ ਕਿਆਸ ਲਾਈਆਂ ਨੂੰ ਇਹਨਾਂ ਨੇ ਤੋੜਦੇ ਹੋਏ 5 ਲੱਖ ਜੋਬਸ ਜਿਹੜੀਆਂ ਨਾਨ ਫਾਰਮ ਜੋਬਸ ਆ ਉਹ ਐਡ ਕੀਤੀਆਂ ਹੈਗੀਆਂ